بسم اللہ الرحمن الرحیم۔ معزز ناظرین و حاضرین، السلام علیکم۔ اج دا اے پروگرام تہاڈی خدمت وچ تھر پروڈکشن المعروف ٹی پی گولڈ دی طرفوں پیش کیتا ویندے۔ ٹی پی گولڈ دا نام پاکستان تو علاوہ پوری دنیا چ جانیا تے پہچانیا ویندے۔ ٹی پی گولڈ ہمیشہ لاجواب اور ਅਨੋਖੀ ਪ੍ਰੋਡਕਸ਼ਨ ਗਿਣ ਕੇ ਆਉਂਦੇ ਤੁਹਾਡੇ ਵਾਸਤੇ। ਅਤੇ ਅੱਜ ਦੇ ਈ ਪ੍ਰੋਗਰਾਮ ਦਾ ਉਨਵਾਨ ਹੈ ਹੁਸਨ ਬਾ ਮੁਕਾਬਲਾ ਇਸ਼ਕ। ਬੜੀਆਂ ਤਾੜੀਆਂ ਇਹ ਦੱਸਦੀਆਂ ਨੇ ਕਿ ਤੁਸੀਂ ਵੀ ਇਹਦੇ ਵਿੱਚ ਖਾਲਸ ਦਿਲਚਸਪੀ ਰੱਖਦੇ ਵੇ। ਮੌਜੂਦ ਹਾਜ਼ਰੀਨ ਨਾਜ਼ਰੀਨ, ਅੱਜ ਦੇ ਸ਼ਾਇਰ ਪੰਜਾਬ ਦੇ ਵਿੱਚੋਂ ਖਸੂਸੀ ਤੌਰ 'ਤੇ ਤਸ਼ਰੀਫ ਗਹਿਣਾ ਹੈ। ਇਹ ਸ਼ਾਇਰ ਇਹਨਾਂ ਦਾ ਤਾਰਫ ਮੈਂ ਪੇਸ਼ ਕਰਾਂ। ਮੇਰੇ ਸੱਜੇ ਪਾਸੇ ਹੁਸਨ ਬੈਠੇ, ਮੁਲਤਾਨ ਤੋਂ ਤਸ਼ਰੀਫ ਗਹਿਣਾਈਆਂ, ਮਾਰੂਫ ਸ਼ਾਇਰਾ ਡਾਕਟਰ ਆਇਮਾ ਖਾਨ। ਇਵੇਂ ਮੇਰੇ ਨਾਲ ਬੈਠੇ ਨੇ, ਮੁਲਤਾਨ ਤੋਂ ਤਸ਼ਰੀਫ ਗਹਿਣਾਈਆਂ, ਮਾਰੂਫ ਸ਼ਾਇਰ ਆਪਣੇ ਇਲਾਕੇ ਦੇ ਵਿੱਚ ਖਸੂਸੀ ਤੌਰ 'ਤੇ ਆਪਣੀ ਸ਼ਾਇਰੀ ਦੀ ਵਜ੍ਹਾ ਤੋਂ ਪਹਿਚਾਣੇ ਵੇਂਦੇ ਨੇ, ਜਨਾਬ ਜ਼ਫਰ ਨਜ਼ਮੀ ਸਾਹਿਬ। ਮੋਹਤਰਮਾ ਸ਼ਾਜ਼ੀਆ ਨਾਜ਼ ਸਾਹਿਬਾ, ਖਸੂਸੀ ਤੌਰ 'ਤੇ ਈ ਪ੍ਰੋਗਰਾਮ ਵਾਸਤੇ ਪਾਕ ਪਤਨ ਤੋਂ ਤਸ਼ਰੀਫ ਗਹਿਣਾਈਆਂ। ਅਸੀਂ ਬਹੁਤ ਮਸ਼ਹੂਰ ਹਾਂ ਜਨਾਬ ਸਾਜਦ ਅਲੀ ਸਾਹਿਬ ਦੇ। ਸਾਜਦ ਅਲੀ ਸਾਹਿਬ ਵੀ ਆਪਣੇ ਇਲਾਕੇ ਪਾਕ ਪਤਨ 'ਚ ਮਾਰੂਫ ਸ਼ਾਇਰ ਹਨ ਔਰ ਇੱਕ ਖਾਸ ਤਵੱਜੋ ਰੱਖਦੇ ਨੇ ਆਪਣੇ ਕੰਮ 'ਤੇ। ਮੋਹਤਰਮ ਸਾਜਦ ਅਲੀ ਫਰੋਮ ਪਾਕ ਪਤਨ। ਅੱਜ ਦਾ ਪ੍ਰੋਗਰਾਮ ਇਹਦਾ ਆਗਾਜ਼ ਕੀਤਾ ਵੇਂਦੇ, ਅੱਜ ਦੀ ਸ਼ਾਇਰੀ ਹੁਸਨ ਔਰ ਇਸ਼ਕ ਦੇ ਦਰਮਿਆਨ ਥੀ ਸੀ, ਅਤੇ ਇਹ ਮੁਕਾਬਲਾ ਹੈ ਇਸ਼ਕ ਔਰ ਹੁਸਨ ਦਾ। ਇਵੇਂ ਤਾਂ ਤੁਹਾਡੇ ਸਾਹਮਣੇ ਮੈਂ ਬੈਠਾਂ, ਲੇਕਿਨ ਹਕੀਕਤ ਇਹ ਵੇ ਕਿ ਇਹ ਸ਼ਾਇਰ ਦੇ ਮੁਨਸਫ ਤੁਸਾਂ ਹੀ ਵੇ। ਅਤੇ ਇਜਾਜ਼ਤ 'ਤੇ ਸ਼ੁਰੂ ਕੀਤਾ ਵਣੇ ਬਿਸਮਿਲ੍ਲਾ। ਅਤੇ ਆਗਾਜ਼ ਹੈ ਜਨਾਬ ਜ਼ਫਰ ਨਜ਼ਮੀ ਸਾਹਿਬ ਤੋਂ। ਮੁਅੱਜ਼ਜ਼ ਸਾਮੀਨ, ਜ਼ਫਰ ਨਜ਼ਮੀ ਤਰਫੋਂ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੁਕਾਬਲਾ ਹੁਸਨ ਅਤੇ ਇਸ਼ਕ ਦਾ, ਹੁਸਨ ਹੋਵੇ ਤਾਂ ਇਸ਼ਕ ਆਉਂਦਾ, ਪਹਿਲੇ ਉਹ ਹਨ ਲੇਕਿਨ ਬਾਅਦ ਦੇ ਵਿੱਚ ਇਸ਼ਕ ਆਇਆ। ਇਸ਼ਕ ਦੀ ਵਜ੍ਹਾ ਤੋਂ ਜ਼ਫਰ ਨਜ਼ਮੀ ਹੁਸਨ ਵਾਸਤੇ ਕੀ ਤਾਸੁਰਾਤ ਰੱਖਦਾ ਜਾਂ ਹੁਸਨ ਨੂੰ ਵੇਖ ਕੇ ਕੀ ਲਿਖਦਾ ਹੈ, ਮੈਂ ਪਹਿਲਾ ਦੌੜਾ ਤੁਹਾਡੇ ਪੇਸ਼ ਕਰ ਸਕਦਾ। ਗਾਲ ਦੇ ਵਿੱਚ ਵੀ ਸ਼ਾਇਰੀ। ਮੈਂ ਹੁਸਨ ਨੂੰ ਆਖਿਆ ਕਿ ਨਾ ਨਿਕਲਿਆ ਘਰ ਘਰੂ ਬਣ ਠਾਣ ਕੇ, ਨਾ ਨਿਕਲਿਆ ਘਰ ਘਰੂ ਬਣ ਠਾਣ ਕੇ, ਰਾਂਦੇ ਲੋਕ ਇਮਾਨ ਹੀ ਕੋਈ ਨਹੀਂ। ਨਾ ਨਿਕਲਿਆ ਘਰ ਘਰੂ ਬਣ ਠਾਣ ਕੇ, ਰਾਂਦੇ ਲੋਕ ਇਮਾਨ ਹੀ ਕੋਈ ਨਹੀਂ, ਤੇਰੇ ਤੀਰ ਨਿਗਾਹੀ ਦੇ ਕੌਣ ਪਚਾਵੇ, ਜਿੰਦ ਕਾ ਇਨਸਾਨ 'ਚ ਕੋਈ ਨਹੀਂ। ਉਹ ਤੇਰੇ ਤੀਰ ਨਿਗਾਹੀ ਦੇ ਕੌਣ ਪਚਾਵੇ, ਜਿੰਦ ਕਹਿ ਇਨਸਾਨ ਹੀ ਕੋਈ ਨਹੀਂ, ਅਤੇ ਜਿਹੜੀ ਨਜ਼ਮੀ ਤੇਰੇ ਨਾ ਘਰ ਛੋੜੇ, ਕਾਈ ਗਜ਼ਲ ਦੀਵਾਨ ਹੀ ਕੋਈ ਨਹੀਂ, ਤਾਂ ਇੱਥੋਂ ਵੱਧ ਕੇ ਸੋਹਣਾ ਕਸਮ ਖੁਦਾ ਦੀ ਪੂਰੇ ਮੁਲਤਾਨ 'ਚ ਕੋਈ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ ਡਾਕਟਰ ਸਾਹਿਬਾ, ਪਹਿਲਾ ਤੀਰ ਵੇ, ਇਹਦਾ ਜਵਾਬ ਤੂੰ ਸਾਡੇ ਬਣੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਮੈਂ ਤੁਹਾਡੀ ਆਪਣੀ ਆਇਮਾ ਖਾਨ। ਨਜ਼ਮੀ ਸਾਹਿਬ, ਇਹਦਾ ਜਵਾਬ ਸੁਣੋ।
ਮੁਲਤਾਨ ਸ਼ਹਿਰ ਏ ਨਵਾਬਾਂ ਦਾ, ਇੱਥਾਂ ਸੋਹਣੇ ਵਸਦੇ ਹੋਰ ਵੀ ਹਨ। ਮੁਲਤਾਨ ਸ਼ਹਿਰ ਏ ਨਵਾਬਾਂ ਦਾ, ਇੱਥਾਂ ਸੋਹਣੇ ਵਸਦੇ ਹੋਰ ਵੀ ਹਨ। ਮੈਂ ਇੱਕ ਨਹੀਂ ਸੋਹਣੀ ਦੁਨੀਆਂ ਤੇ, ਕਈ ਮੈਥੋਂ ਸ਼ਾਹਜ਼ੋਰ ਵੀ ਹਨ। ਲੱਖਾਂ ਆਸ਼ਿਕ ਰੋਜ਼ ਲੁੱਟੀ ਵੈਨਨ, ਇੱਥਾਂ ਸਾਧ ਵੀ ਹਨ, ਇੱਥਾਂ ਚੋਰ ਵੀ ਹਨ। ਹਰ ਕਈ ਦਾ ਰੂਪ ਤੇ ਰੰਗ ਵੱਖਰਾ ਹੈ ਨਜ਼ਮੀ, ਇੱਥਾਂ ਕਾਂ ਵੀ ਹਨ, ਇੱਥਾਂ ਮੋਰ ਵੀ ਹਨ। ਹਰ ਕਈ ਦਾ ਰੂਪ ਤੇ ਹਰ ਕਈ ਦਾ ਰੂਪ ਤੇ ਰੰਗ ਵੱਖਰਾ ਹੈ, ਇੱਥਾਂ ਕਾਂ ਵੀ ਹਨ, ਇੱਥਾਂ ਮੋਰ ਵੀ ਹਨ। ਐਮਾ ਖਾਂ, ਤੇਰੇ ਨਾਲ ਜੋ ਦਿਲਬਾ ਰਾਜ ਤੋੜੀ, ਕਿਤੇ ਨਜ਼ਮੀ ਲੇਖੇ ਹੀ ਕੋਈ ਨਾ। ਉਹ ਤੇਰੇ ਨਾਲ ਜੋ ਦਿਲਬਾ ਰਾਜ ਤੋੜੀ, ਕਿਤੇ ਨਜ਼ਮੀ ਲੇਖੇ ਹੀ ਕੋਈ ਨਾ। ਜਿਵੇਂ ਠਾਠ ਦੀ ਅੱਜ ਕੱਲ੍ਹ ਨਿਭਦੀ ਪਈ ਏ, ਸ਼ਾਲਾ ਪਵਨ ਬੁਲੇਖੇ ਹੀ ਕੋਈ ਨਾ। ਜਿਵੇਂ ਠਾਠ ਦੀ ਅੱਜ ਕੱਲ੍ਹ ਨਿਭਦੀ ਪਈ ਏ, ਸ਼ਾਲਾ ਪਵਨ ਬੁਲੇਖੇ ਹੀ ਕੋਈ ਨਾ। ਅਤੇ ਦਿਲ ਇੰਝ ਯਾਦ ਹੈ ਤੇਰੇ ਹੁਸਨ ਦੀ ਅੱਗ ਨੂੰ, ਦਿਲ ਇੰਝ ਯਾਦ ਹੈ ਤੇਰੇ ਹੁਸਨ ਦੀ ਅੱਗ ਨੂੰ, ਕੋਈ ਗੈਰ ਤਾਂ ਸੇਕੇ ਹੀ ਕੋਈ ਨਾ। ਉਹ ਇੱਕੋ ਮੈਂ ਹੋਵਾਂ ਤੇਰੇ ਕੋਲ ਸੱਜਣ, ਤੈਨੂੰ ਹੋਰ ਤਾਂ ਵੇਖੇ ਹੀ ਕੋਈ ਨਾ। ਵਾਜੀ ਵਾਹ, ਵਾਜੀ ਵਾਹ, ਤੈਨੂੰ ਹੋਰ ਤਾਂ ਵੇਖੇ ਕੋਈ ਨਹੀਂ। ਅੱਲਾ ਨਾ ਕਰੇ, ਅੱਲਾ ਯਾਰ ਦੇਵੇ ਤਾਂ ਇਹ ਜਿਹਾ ਦੇਵੇ, ਜਾਵੇ ਰੁੱਸ ਅਰਮਾਨ ਤਾਂ ਹੋਵੇ। ਅੱਲਾ ਯਾਰ ਦੇਵੇ ਤਾਂ ਇਹ ਜਿਹਾ ਦੇਵੇ, ਜਾਵੇ ਰੁੱਸ ਅਰਮਾਨ ਤਾਂ ਹੋਵੇ। ਮੈਂ ਸੱਸੀ ਹਾਂ ਬੰਬੋਰ ਸ਼ਹਿਰ ਦੀ, ਉਹ ਵੀ ਕੇਚ ਦਾ ਕੋਈ ਖਾਨ ਤਾਂ ਹੋਵੇ। ਸ਼ਾਇਦ ਵੇਖ ਕੇ ਆਈ ਮਾਂ ਮੁੱਲ ਲਵੀਏ, ਲੱਗੇ ਜ਼ਰ ਪਹਿਚਾਨ ਤਾਂ ਹੋਵੇ। ਉਹ ਬੰਦਾ ਮਰਦਾ ਹੀ ਸੋਹਣਾ ਤਾਂ ਲੱਗਦਾ ਹੈ ਨਜ਼ਮੀ, ਅੱਗੋਂ ਕੋਈ ਇਨਸਾਨ ਤਾਂ ਹੋਵੇ। ਐਮਾ ਖਾਨ, ਕਿ ਤੈਨੂੰ ਰੱਬ ਦੇ ਰੰਗ, ਤੂੰ ਹੁਸਨ ਦੀ ਮਲਕਾ, ਅਸਾਂ ਤੇਰੇ ਪਿਆਰ ਦੇ ਕਾਬਿਲ ਨੇ। ਆ ਗਿਆ ਲਾਈਨ ਦੇ, ਤੈਨੂੰ ਰੱਬ ਦੇ ਰੰਗ, ਤੂੰ ਹੁਸਨ ਦੀ ਮਲਕਾ, ਅਸਾਂ ਤੇਰੇ ਪਿਆਰ ਦੇ ਕਾਬਿਲ ਨਹੀਂ। ਸਾਡੇ ਸਾਹ ਜੋ ਬੇਇਤਬਾਰ ਹਨ, ਅਸਾਂ ਕਈ ਇਤਬਾਰ ਦੇ ਕਾਬਿਲ ਨਹੀਂ। ਸਾਡੇ ਸਾਹ ਜੋ ਬੇਇਤਬਾਰ ਹਨ, ਅਸਾਂ ਕਈ ਇਤਬਾਰ ਦੇ ਕਾਬਿਲ ਨਹੀਂ। ਅਸਾਂ ਡੱਠੇ ਹੋਏ ਫੁੱਲ ਕਿਸੇ ਬੂਟੀ ਦੇ, ਰਹਿ ਬਾਗ ਬਹਾਰ ਦੇ ਕਾਬਿਲ ਨਹੀਂ। ਉਹ ਸਾਨੂੰ ਕਬਰ ਕਿਸੇ ਤੇ ਸੱਟ ਛੋੜੇ, ਅਸਾਂ ਨਜ਼ਮੀ ਹਾਰ ਦੇ ਕਾਬਿਲ ਨਹੀਂ। ਵਾਜੀ ਵਾਹ, ਵਾਜੀ ਵਾਹ, ਵਾਜੀ ਵਾਹ, ਅਸਾਂ ਨਜ਼ਮੀ ਹਾਰ ਦੇ ਕਾਬਿਲ ਨੇ। ਵਾਜੀ ਵਾਹ, ਸੋਹਣੀ ਗੱਲ ਕੀਤੀ। ਹੁਸਨ ਕਿਆ ਦੇਂਦੇ ਜਵਾਬ ਵਿੱਚ? ਸੁਣੋ ਵੱਲ, ਭਾਵੇਂ ਲੱਖਾਂ ਦੀਆਂ ਤੇਰੇ ਪਿਆਰ ਦੇ ਵਿੱਚ, ਲੈਲਾਮ ਹੋ ਸਾਂ ਤਾਂ ਮੈਂ ਹੋ ਸਾਂ। ਭਾਵੇਂ ਲੱਖਾਂ ਦੀਆਂ ਤੇਰੇ ਪਿਆਰ ਦੇ ਵਿੱਚ, ਲੈਲਾਮ ਹੋ ਸਾਂ ਤਾਂ ਮੈਂ ਹੋ ਸਾਂ। ਕਦੀ ਪਿਆਰ ਲੁਕਾਇਆ ਲੁਕਦਾ ਨਹੀਂ, ਸਰੇਆਮ ਹੋ ਸਾਂ ਤਾਂ ਮੈਂ ਹੋ ਸਾਂ। ਜਿਹਨੂੰ ਪੀ ਕੇ, ਜਿਹਨੂੰ ਪੀ ਕੇ ਗਮ ਭੁੱਲ ਵਹਿੰਦੇ ਹਨ, ਉਹ ਜਾਮ ਹੋ ਸਾਂ ਤਾਂ ਮੈਂ ਹੋ ਸਾਂ। ਉਹ ਮੈਨੂੰ ਨਜ਼ਮੀ ਰੋਜ਼ ਤੂੰ ਮਿਲਿਆ ਕਰ, ਬਦਨਾਮ ਹੋ ਸਾਂ ਤਾਂ ਮੈਂ ਹੋ ਸਾਂ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਬਦਨਾਮ ਹੋ ਸਾਂ ਤੇ ਮੈਂ ਹੋ ਸਾਂ। ਬੜੀ ਮਿਹਰਬਾਨੀ, ਵਾਜੀ ਵਾਹ। ਹੁਸਨ ਦੇ ਬਾਰੇ ਮੇਰਾ ਖਿਆਲ ਹੈ ਕਿ ਤਾਂ ਹੀ ਇਸ਼ਕ ਦੀ ਬੇੜੀ ਤੋੜ ਨਹੀਂ ਚੜਦੀ, ਵਾਹ ਕਹਿ ਪਾਸੇ ਪੱਕ ਕਹਿ ਪਾਸੇ। ਹਾਂ, ਬੈਟਰੀ ਲਓ। ਤਾਂ ਹੀ ਇਸ਼ਕ ਦੀ ਬੇੜੀ ਤੋੜ ਨਹੀਂ ਚੜਦੀ, ਵਾਹ ਕਹਿ ਪਾਸੇ ਪੱਕ ਕਹਿ ਪਾਸੇ। ਵਾਜੀ ਵਾਹ। ਤਾਂ ਹੀ ਇਸ਼ਕ ਦੀ ਬੇੜੀ ਤੋੜ ਨਹੀਂ ਚੜਦੀ, ਵਾਹ ਕਹਿ ਪਾਸੇ ਪੱਕ ਕਹਿ ਪਾਸੇ। ਇੱਥੇ ਤੁਲਦੇ ਤੋਲ ਬਰਾਬਰ ਨਹੀਂ, ਸੌ ਕਹਿ ਪਾਸੇ ਲੱਖ ਕਹਿ ਪਾਸੇ। ਵਾਜੀ ਵਾਹ। ਇੱਥੇ ਤੁਲਦੇ ਤੋਲ ਬਰਾਬਰ ਨਹੀਂ, ਸੌ ਕਹਿ ਪਾਸੇ ਲੱਖ ਕਹਿ ਪਾਸੇ। ਤੇ ਮੱਚ ਹੁਸਨ ਦਾ ਬੇਇਤਬਾਰਾ ਹੈ, ਮੱਚ ਹੁਸਨ ਦਾ ਬੇਇਤਬਾਰਾ ਹੈ, ਅੱਗ ਕਈ ਪਾਸੇ ਬੱਕ ਕਈ ਪਾਸੇ। ਉਹ ਇਹਨਾਂ ਨਜ਼ਮੀ ਸੋਹਣਿਆਂ ਬੰਦਿਆਂ ਦਾ
ਦਿਲ ਕਈ ਪਾਸੇ ਆ ਕਈ ਪਾਸੇ ਤੇ ਤੂੰ ਗੈਰ ਪ੍ਰਸਤੇ ਸਿਰਿਆਂ ਦਾ ਤੇਰੇ ਜ਼ਹਿਨ ਤੇ ਸੰਗਤਾਂ ਉਹ ਵਧੀਆ ਨੇ, ਤੂੰ ਗੈਰ ਪ੍ਰਸਤੇ ਸਿਰਿਆਂ ਦਾ ਤੇਰੇ ਜ਼ਹਿਨ ਤੇ ਸੰਗਤਾਂ ਉਹ ਵਧੀਆ ਨੇ, ਤੈਨੂੰ ਵੇਖ ਕੇ ਨਾਲ ਰਕੀਬਾਂ ਦੇ ਅੱਖੀਆਂ ਜਨਮ ਲੈਂਦੀਆਂ ਸੋ ਵਧੀਆ ਨੇ। ਮੈਥੋਂ ਪੁੱਛ ਨਹੀਂ ਨਾ ਜਮੀ ਹੁਣ ਤੋੜੀ, ਮੈਥੋਂ ਪੁੱਛ ਨਹੀਂ ਐਵਾਂ ਹੁਣ ਤੋੜੀ, ਮੇਰੇ ਦਿਲ ਤੇ ਹੋਦੀਆਂ ਜੋ ਵਧੀਆ ਨੇ, ਕਹਿ ਬਣੀਆਂ ਹਨ ਤੇਰੀ ਵੀਣੀ ਤੇ ਵੰਗਾ ਛੇ ਹਨ ਬੱਚੀਆਂ ਦੋ ਵਧੀਆਂ। ਨਜ਼ੀ ਸਾਹਿਬ ਇਹਦਾ ਜਵਾਬ ਸੁਣੋ ਕਿ ਮੈਨੂੰ ਕਸਮ ਹੈ ਮੇਰੀਆਂ ਅੱਖੀਆਂ ਦੀ ਤੇਰਾ ਪਿਆਰ ਭੁਲਾਇਆ ਹੀ ਕੋਈ ਨਹੀਂ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਕੋਈ ਪੁਰਾਣੀ ਹੈ, ਮੈਨੂੰ ਕਸਮ ਹੈ ਮੇਰੀਆਂ ਅੱਖੀਆਂ ਦੀ। ਗੌਰ ਕਰੋ ਠਾਕੁਰ ਸਾਹਿਬ, ਜੀ ਜੀ ਜੀ, ਇਹ ਮੇਰੇ ਵੱਲੋਂ ਤੁਹਾਨੂੰ ਹੈ ਗਏ, ਜੀ ਜੀ ਜੀ।